IVF ਟ੍ਰੀਟਮੈਂਟ ਅੱਜ ਕੱਲ ਸਾਰਿਆਂ ਦੇ ਵਿੱਚ ਬਹੁਤ ਪ੍ਰਚਲਿਤ ਹੈ ਤੇ ਕਿਹਾ ਜਾਂਦਾ ਹੈ ਕਿ ਇਹਦੇ ਨਾਲ ਬਹੁਤ ਆਸਾਨੀ ਦੇ ਨਾਲ ਬੱਚੇ ਹੁੰਦੇ ਐਂਡ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਟਵਿਨਸ ਬੇਬੀ ਹੋਣ ਦੇ। ਪਰ ਜੇ ਗੱਲ ਕਰੀਏ IVF ਟ੍ਰੀਟਮੈਂਟ ਦੇ ਵਿੱਚ ਵੀ ਇਦਾਂ ਹੋ ਸਕਦਾ ਹੈ, ਕਿਸੇ ਨੇ ਸੋਚਿਆ ਨਹੀਂ ਹੋਣਾ ਜੋ ਇਸ ਕਪਲ ਦੇ ਨਾਲ ਹੋਇਆ, ਇਹਨਾਂ ਦੇ ਨਾਲ ਇੰਨਾ ਕੁ ਮਾੜਾ ਹੋਸਪਿਟਲ ਦਾ ਵਿਵਹਾਰ ਰਿਹਾ, ਉਸ ਸੈਂਟਰ ਦਾ ਵਿਵਹਾਰ ਰਿਹਾ ਜਿਨ੍ਹਾਂ ਨੇ ਇਹਨਾਂ ਦੇ ਤਿੰਨ ਬੱਚਿਆਂ ਨੂੰ ਪਹਿਲਾਂ ਤਾਂ ਇੱਕ ਦਿਲਾਸਾ ਦੇ ਕੇ ਤਿੰਨ ਬੱਚਿਆਂ ਦੀ ਗੱਲਬਾਤ ਕਰ ਦਿੱਤੀ, ਉਸ ਤੋਂ ਬਾਅਦ ਉਹ ਤਿੰਨੋਂ ਬੱਚੇ ਖਤਮ ਹੋ ਜਾਂਦੇ ਨੇ। ਅਸੀਂ 2020 ਚ ਮੈਰਿਜ ਹੋਈ ਸੀ ਅਤੇ 2020 ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅਗਸਤ ਦੇ ਵਿੱਚ ਕਿ ਮੇਰੀ ਵਾਈਫ ਨੂੰ ਐਂਡੋਮੈਟ੍ਰਮ ਸਿਸਟ ਹੈ, ਇੱਕ ਪ੍ਰੋਬਲਮ ਆ ਜਿਹਦੇ ਕਰਕੇ ਨਾ ਬੇਬੀ ਕੰਸੀਵ ਕਰਨਾ ਮੁਸ਼ਕਿਲ ਹੈ। ਅਤੇ ਅਸੀਂ ਫਿਰ IVF ਬਾਰੇ ਸੋਚਿਆ 2024 ਵਿੱਚ ਜਾ ਕੇ ਥੋੜ੍ਹੇ ਪੈਸੇ ਵਗੈਰਾ ਲਈ ਜੋੜ ਲਏ ਕਿ IVF ਵਗੈਰਾ ਕਰਾਵਾਂਗੇ। 2024 ਵਿੱਚ ਅਸੀਂ ਇੰਦਰਾ IVF ਬਾਰੇ ਔਨਲਾਈਨ ਦੇਖਿਆ, ਔਨਲਾਈਨ ਰਿਵਿਊਜ਼ ਵਗੈਰਾ ਪੜ੍ਹੇ ਲੁਧਿਆਣੇ ਦੇ, ਤਾਂ ਸਾਨੂੰ ਬੜੇ ਪੋਜ਼ਿਟਿਵ ਰਿਵਿਊ ਲੱਗੇ। 4.8 ਦੀ ਰੇਟਿੰਗ ਸੀ, ਅਸੀਂ ਕਿਹਾ ਚਲੋ ਟਰਾਈ ਕਰਦੇ ਹਾਂ। ਅਤੇ ਅਸੀਂ ਉਹਨਾਂ ਕੋਲ ਗਏ ਅਤੇ ਉਹਨਾਂ ਤੋਂ ਜਾਣ ਤੋਂ ਬਾਅਦ ਸਾਨੂੰ ਉਹਨਾਂ ਨੇ ਟ੍ਰੀਟਮੈਂਟ ਵਗੈਰਾ ਸਟਾਰਟ ਕੀਤਾ 7,500 ਦਾ। ਪਹਿਲਾਂ ਸਟਾਰਟਿੰਗ ਤੋਂ ਉਹਨਾਂ ਨੇ ਕਿਹਾ ਕਿ ਟ੍ਰੀਟ ਪੈਕੇਜ ਵਗੈਰਾ ਹੋਣਗੇ, ਬਲੱਡ ਵਗੈਰਾ ਚੈੱਕ ਹੋਏਗਾ, ਟ੍ਰੀਟਮੈਂਟ ਸਟਾਰਟ ਹੋ ਗਿਆ ਤਾਂ ਸਟਾਰਟ ਹੋ ਗਿਆ। ਅਤੇ ਉਹਨਾਂ ਨੇ ਕੀਤਾ, ਉਹਨਾਂ ਫਿਰ ਸਾਨੂੰ ਦੱਸਿਆ ਕਿ ਤੁਹਾਡਾ IVF ਤੋਂ ਬਿਨਾਂ ਬੱਚਾ ਹੋਣਾ ਪੋਸੀਬਲ ਨਹੀਂ ਹੈ, IVF ਦੇ ਥਰੂ ਹੀ ਤੁਹਾਡਾ ਬੱਚਾ ਹੋਏਗਾ। ਅੱਛਾ, ਮਤਲਬ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿ IVF ਦੇ ਥਰੂ ਤੁਸੀਂ ਸੋਚ ਰਹੇ ਹੋ, ਬਟ ਤੁਸੀਂ ਜਾਣ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਰੈਕਮੈਂਡ IVF ਕੀਤਾ? ਹਾਂ, ਕਿਉਂਕਿ ਇੱਕ ਹੋਰ ਟੈਕਨੀਕ ਹੁੰਦੀ ਹੈ IVF ਦੇ ਇਲਾਵਾ, ਥੋੜ੍ਹਾ ਕੋਸਟਲੀ ਘੱਟ ਹੁੰਦਾ, ਬਟ ਉਹ ਕਹਿੰਦੇ ਤੁਹਾਡਾ IVF ਦੇ ਥਰੂ ਹੀ ਹੋਊਗਾ, IVF ਦੇ ਥਰੂ ਤੋਂ ਬਿਨਾਂ ਨਹੀਂ ਹੋ ਸਕਦਾ। ਅਤੇ ਨਵੰਬਰ 2023 ਦੇ ਵਿੱਚ ਅਸੀਂ ਟ੍ਰੀਟਮੈਂਟ ਸਟਾਰਟ ਕੀਤਾ ਅਤੇ ਟ੍ਰੀਟਮੈਂਟ ਕਰਨ ਤੋਂ ਬਾਅਦ ਸਾਨੂੰ ਸਾਡੇ ਨਾ 4 ਐਂਬਰੋਜ਼ ਬਣ ਗਏ, ਮਤਲਬ ਪਿਕਅਪ ਤੋਂ ਬਾਅਦ ਮੇਰੇ ਸਪੰਮ ਅਤੇ ਐਗ ਲੈ ਕੇ 4 ਐਂਬਰੋਜ਼ ਅਸੀਂ ਬਣਾਏ, 2 ਫਰੀਜ ਕਰਾ ਲਏ, 2 ਟ੍ਰਾਂਸਫਰ ਕਰਵਾ ਲਏ। ਜਦ 2 ਟ੍ਰਾਂਸਫਰ ਕਰਾਏ, ਉਸ ਤੋਂ ਬਾਅਦ ਸਾਨੂੰ ਪ੍ਰੈਗਨੈਂਸੀ 1.5 ਮਹੀਨਾ ਕਨਫਰਮ ਹੁੰਦੀ ਹੈ, ਅਤੇ ਉਹ ਕਨਫਰਮ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਟ੍ਰਿਪਲੇਟ ਬੇਬੀ ਹੋ ਗਏ, 3 ਬੱਚੇ ਹੋ ਗਏ, 2 ਐਗਜ਼ ਦੇ ਨਾਲ 3 ਹੋ ਗਏ। ਟ੍ਰੀਟਮੈਂਟ ਸਟਾਰਟ ਕੀਤਾ, ਫਸਟ ਕੰਫਰਮੇਸ਼ਨ ਸਕੈਨ ਆ ਗਈ, 3 ਬੱਚੇ ਓਕੇ ਨੇ। 10 ਦਿਨ ਬਾਅਦ ਸਾਨੂੰ ਬਲੀਡਿੰਗ ਸ਼ੁਰੂ ਹੋ ਗਈ, ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਸੈਂਟਰ ਗਏ ਅਤੇ ਸੈਂਟਰ ਨੇ ਸਾਨੂੰ ਕਿਹਾ 5 ਦਿਨ ਇਹਨੂੰ ਐਡਮਿਟ ਕਰੋ। 5 ਦਿਨ ਅਸੀਂ ਇਹਨੂੰ ਐਡਮਿਟ ਕੀਤਾ, 5 ਦਿਨ ਐਡਮਿਟ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਕੈਨ ਕੀਤੀ, ਉਹਨਾਂ ਨੇ ਦੱਸਿਆ ਕਿ ਤੁਹਾਡਾ ਇੱਕ ਬੱਚਾ ਡੈਡ ਹੋ ਚੁੱਕਾ, ਸਿਰਫ 2 ਬੱਚੇ ਬਚੇ ਨੇ। ਅਤੇ ਅਸੀਂ ਕਿਹਾ ਕਿ ਮੈਮ ਅਗਰ ਇੱਕ ਬੱਚਾ ਐਕਸਪਾਇਰ ਹੋ ਗਿਆ ਤਾਂ ਬਾਕੀ 2 ਨੂੰ ਇਫੈਕਟ ਨਹੀਂ ਕਰੇਗਾ? ਉਹ ਕਹਿੰਦੇ ਕੋਈ ਇਫੈਕਟ ਨਹੀਂ ਕਰੇਗਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਇਹਦੇ ਲਈ ਤੁਸੀਂ 15,000 ਦੀ ਮੈਡੀਸਨ ਇੱਕ ਅਲੱਗ ਤੋਂ ਆਏਗੀ, 15,000 ਦਾ ਇੰਜੈਕਸ਼ਨ ਲੱਗੇਗਾ। 15,000 ਦਾ ਇੰਜੈਕਸ਼ਨ ਜਦੋਂ ਉਹਨਾਂ ਨੇ ਲਗਾਤਾਰ ਮੈਡੀਸਨ ਦਿੱਤੀ ਤਾਂ ਫਿਰ ਸਾਨੂੰ ਥੋੜ੍ਹਾ ਇਹ ਹੋਇਆ ਕਿ ਸਾਡੇ 2 ਬੱਚੇ ਤਾਂ ਬਚਣਗੇ, ਐਟਲੀਸਟ 1 ਗਿਆ, ਕੋਈ ਗੱਲ ਨਹੀਂ, 2 ਤਾਂ ਬਚਣਗੇ। ਫਿਰ 5-7 ਦਿਨ ਬਾਅਦ ਜਦ ਅਸੀਂ ਘਰ ਆਏ, 5-7 ਦਿਨ ਬਾਅਦ ਬਲੀਡਿੰਗ ਸ਼ੁਰੂ ਹੋ ਗਈ, ਪੇਨ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ। ਜਦ ਪੇਨ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅਸੀਂ ਸੁਮਨ ਹੋਸਪਿਟਲ ਲੈ ਕੇ, ਕਿਉਂਕਿ ਐਮਰਜੈਂਸੀ ਸੀ, ਰਾਤ ਨੂੰ ਐਮਰਜੈਂਸੀ ਸੀ, ਉਹ ਫੋਨ ਪਿੱਕ ਨਹੀਂ ਸੀ ਕਰ ਰਹੇ, ਅਸੀਂ ਐਮਰਜੈਂਸੀ ਸੁਮਨ ਹੋਸਪਿਟਲ ਲੈ ਕੇ ਗਏ ਅਤੇ ਉਹਨਾਂ ਨੇ ਪੇਨ ਵਗੈਰਾ ਇੰਜੈਕਸ਼ਨ ਲਗਾਇਆ। ਫਿਰ ਸਵੇਰੇ ਅਸੀਂ ਇੰਦਰਾ IVF ਚਲੇ ਗਏ, ਉਹਨਾਂ ਨੇ ਸਾਨੂੰ ਦੇਖਿਆ, ਚੈੱਕ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਕਹਿ ਤਾ ਤੁਸੀਂ DMC ਲੈ ਜਾਓ। ਐਕਚੁਲੀ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਟੈਨਸ਼ਨ ਲਓ, ਤੁਹਾਡੇ 7 ਮਹੀਨੇ 8 ਮਹੀਨੇ ਤੱਕ ਅਸੀਂ ਕੇਅਰ ਕਰਾਂਗੇ। ਪਰ ਜਦੋਂ ਪੈਕੇਜ ਸਾਡਾ ਖਤਮ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਜੋ ਸਾਡੇ ਪੈਸੇ ਪੂਰੇ ਚਲੇ ਗਏ, ਜੋ ਪੂਰੀ ਪੇਮੈਂਟ ਚਲੀ ਗਈ, ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਪੁੱਛਣਾ ਹੀ ਬੰਦ ਕਰਤਾ। 4-4 ਘੰਟੇ ਇੱਕ ਸਕੈਨ ਕਰਾਉਣ ਲਈ ਅਸੀਂ 6-6 ਘੰਟੇ ਵੇਟ ਕੀਤੀ ਹੈ, 7-7 ਘੰਟੇ ਵੇਟ ਕੀਤੀ ਹੈ। ਸਕੈਨ ਜਿਹੜੀ ਬਾਹਰ 1,000 ਰੁਪਏ ਦੀ ਹੁੰਦੀ, 2,500-3,000 ਦੀ ਸਕੈਨ ਹੁੰਦੀ, ਉਹਦੇ ਲਈ ਅਸੀਂ ਇੰਨੀ ਦੇਰ ਵੇਟ ਕੀਤੀ ਹੈ। ਤੀਸਰੀ ਵਾਰ ਫਿਰ ਉਹਨਾਂ ਨੇ DMC ਰੈਫਰ ਹੋਣ ਨੂੰ ਕਿਹਾ ਕਿ DMC ਵੀ ਤੁਹਾਡੀ ਉਸ ਹਿਸਾਬ ਨਾਲ ਤੁਹਾਡੇ ਵਾਈਫ ਦੀ ਕੇਅਰ ਨਹੀਂ। ਹਾਂ, ਕਿਉਂਕਿ IVF ਉਹ ਕਰ ਰਹੇ ਨੇ, ਟ੍ਰੀਟਮੈਂਟ ਸਾਰਾ ਉਹ ਕਰ ਰਹੇ ਨੇ, ਉਹਨਾਂ ਨੂੰ ਪਤਾ ਵਾ। ਅਤੇ ਫਿਰ ਅਸੀਂ DMC ਜਾਣ ਤੋਂ ਬਾਅਦ ਨੇੜੇ ਹੋਸਪਿਟਲ ਗਏ, ਸ਼ਿਲਪੀ ਹੋਸਪਿਟਲ ਗਏ। ਸ਼ਿਲਪੀ ਹੋਸਪਿਟਲ ਜਾਣ ਤੋਂ ਬਾਅਦ ਉਹਨਾਂ ਨੇ 5 ਦਿਨ ਸਾਨੂੰ ਐਡਮਿਟ ਕੀਤਾ, ਕਿਉਂਕਿ ਪਲਸ ਬਹੁਤ ਜ਼ਿਆਦਾ ਵੱਧ ਗਈ ਸੀ, ਇਨਫੈਕਸ਼ਨ ਬਹੁਤ ਸੀ ਯੂਰਨ ਦੇ ਵਿੱਚ, ਕਿਉਂਕਿ 2 ਬੱਚੇ ਅੰਦਰ ਖਰਾਬ ਹੋ ਜਾ ਕੇ ਯੂਰਨ 'ਚ ਬਹਿ ਜਾਏ, ਬਲੱਡ ਦੇ ਇਨਫੈਕਸ਼ਨ ਸੀ। ਉਹਨਾਂ ਨੇ ਫਿਰ ਲਾਸਟ ਵਿੱਚ 5-6 ਦਿਨ ਬਾਅਦ ਸਕੈਨ ਕੀਤਾ, ਉਹਨਾਂ ਨੇ ਦੱਸਿਆ ਤੁਹਾਡਾ ਤੀਸਰਾ ਬੱਚਾ ਵੀ ਖਤਮ ਆ ਅਤੇ ਅਡੋਪਸ਼ਨ ਕਰਾਉਣੀ ਪੈਣੀ ਹੈ ਤੁਹਾਨੂੰ, ਨਹੀਂ ਤਾਂ ਇਹਨਾਂ ਨੂੰ ਤੁਸੀਂ 40 'ਚ ਐਡਮਿਟ ਕਰ ਲਓ। ਛੋਟੇ ਛੋਟੇ ਜਿਹੜੇ ਖਰਚੇ ਕਦੇ ਕੁਛ ਕਰਵਾਉਣਾ, ਕਦੇ ਜੇ ਅਸੀਂ ਨਹੀਂ ਕਰਾਉਂਦੇ ਕਹਿੰਦੇ ਤੁਹਾਡੇ ਨੰਬਰ ਆਫ ਚਾਂਸਿਸ ਘਟਣਗੇ, ਤੁਹਾਡਾ 5% ਚਾਂਸ ਘੱਟ ਜੂਗਾ, ਤੁਹਾਡਾ 10% ਚਾਂਸ ਘੱਟ ਜੂਗਾ।
ਈਵਨ ਕਿ ਮੇਰੇ ਵੈਸੇ ਦੋ ਐਗ ਉਹਨਾਂ ਕੋਲ ਹੈ ਫਰੀਜ਼ ਨੇ, ਮੈਂ ਇੱਕ ਸਾਲ ਦੇ ਪੈਸੇ ਉਹਨਾਂ ਨੂੰ ਦੇ ਚੁੱਕਾ, ਉਹਨਾਂ ਦੇ ਇੱਕ ਸਾਲ ਦੀ ਪੇਮੈਂਟ ਮੇਰੇ ਕੋਲ ਉਹਨਾਂ ਦੀ ਜਾ ਚੁੱਕੀ, ਦੋ ਐਗ ਮੇਰੇ ਫਰੀਜ਼ ਨੇ। ਜਦੋਂ ਪਹਿਲਾਂ ਤੁਹਾਡੀ ਪੇਮੈਂਟ ਹੋ, ਜਦੋਂ ਪੇਮੈਂਟ ਹੋ ਜਾਂਦੀ ਉਸ ਤੋਂ ਬਾਅਦ ਹਸਪੀਟਲ ਵਾਲੇ ਟੋਰਚਰ ਕਰਨ ਲੱਗ ਗਏ? ਰਿਪਲਾਈ ਨਹੀਂ ਕੀਤਾ ਉਹਨਾਂ ਨੇ ਕੋਈ ਟੋਰਚਰ ਕੀ, ਮੈਂ ਵੈਸੇ ਦੇਖੋ ਇਹਨਾਂ ਦੇ ਇੰਜੈਕਸ਼ਨ ਇੰਨੇ ਪੇਟ ਦੇ ਵਿੱਚ ਬਹੁਤ ਜ਼ਿਆਦਾ ਇੰਜੈਕਸ਼ਨ ਲੱਗੇ ਸੀ, ਬੈਕ 'ਚ ਇੰਜੈਕਸ਼ਨ ਲੱਗੇ ਸੀ, ਬੰਦਾ ਫਿਜ਼ੀਕਲੀ ਵੀ ਪ੍ਰੋਬਲਮ 'ਚ, ਮੈਂਟਲੀ ਵੀ, ਫਾਈਨੈਂਸ਼ਲੀ ਵੀ, ਤਿੰਨੋਂ ਜਗ੍ਹਾ ਤੋਂ ਸਾਨੂੰ ਮਾਰ ਵੱਜੀ। ਉਹਨਾਂ ਨੇ ਈਵਨ ਮੈਂ ਦੁਬਾਰਾ ਮੇਲ ਵੀ ਕੀਤੀ ਕਿ ਸਾਡੇ ਨਾਲ ਇੱਦਾਂ ਹੋ ਗਿਆ, ਉਹ ਕਹਿੰਦੇ ਤੁਸੀਂ ਸਾਡੇ ਲਈ ਕਾਮਯਾਬ ਹੋ, ਸਾਡੀ ਸਕਸੈਸ ਰੇਟ ਦੇ ਵਿੱਚੋਂ ਤੁਹਾਡਾ ਬੱਚਾ ਹੋਇਆ ਜਾਂ ਨਹੀਂ ਹੋਇਆ, ਅਸੀਂ ਪ੍ਰੈਗਨੈਂਸੀ ਕਰਾਤੀ, ਤੁਸੀਂ ਸਾਡੇ ਉਹ ਕਸਟਮਰ ਹੋ ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਕਹਾਂਗੇ, ਨਾ ਕਿ ਨੈਗੇਟਿਵ ਕਹਾਂਗੇ। IVF ਟ੍ਰੀਟਮੈਂਟ ਅੱਜ ਕੱਲ੍ਹ ਸਾਰਿਆਂ ਦੇ ਵਿੱਚ ਬਹੁਤ ਪ੍ਰਚਲਿਤ ਹੈ ਅਤੇ ਕਿਹਾ ਜਾਂਦਾ ਹੈ ਕਿ ਇਹਦੇ ਨਾਲ ਬਹੁਤ ਆਸਾਨੀ ਦੇ ਨਾਲ ਬੱਚੇ ਹੁੰਦੇ ਐਂਡ ਕਾਫੀ ਜ਼ਿਆਦਾ ਚਾਂਸਿਸ ਹੁੰਦੇ ਆ ਟਵਿਨਸ ਬੇਬੀ ਹੋਣ ਦੇ। ਪਰ ਜੇ ਗੱਲ ਕਰੀਏ IVF ਟ੍ਰੀਟਮੈਂਟ ਦੇ ਵਿੱਚ ਵੀ ਇੱਦਾਂ ਹੋ ਸਕਦਾ ਹੈ, ਕਿਸੇ ਨੇ ਸੋਚਿਆ ਨਹੀਂ ਹੋਣਾ ਜੋ ਇਸ ਕਪਲ ਦੇ ਨਾਲ ਹੋਇਆ, ਇਹਨਾਂ ਦੇ ਨਾਲ ਇੰਨਾ ਕੁ ਮਾੜਾ ਹੋਸਪਿਟਲ ਦਾ ਵਿਵਹਾਰ ਰਿਹਾ, ਉਸ ਸੈਂਟਰ ਦਾ ਵਿਵਹਾਰ ਰਿਹਾ ਜਿਨ੍ਹਾਂ ਨੇ ਇਹਨਾਂ ਦੇ ਤਿੰਨ ਬੱਚਿਆਂ ਨੂੰ, ਪਹਿਲਾਂ ਤਾਂ ਇੱਕ ਦਿਲਾਸਾ ਦੇ ਕੇ ਤਿੰਨ ਬੱਚਿਆਂ ਦੀ ਗੱਲਬਾਤ ਕਰ ਦਿੱਤੀ, ਉਸ ਤੋਂ ਬਾਅਦ ਉਹ ਤਿੰਨੋਂ ਬੱਚੇ ਖਤਮ ਹੋ ਜਾਂਦੇ ਨੇ, ਕਿੰਨਾ ਪੂਰਾ ਮਾਮਲਾ, ਆਓ ਆਪਾਂ ਇਸ ਕਪਲ ਤੋਂ ਹੀ ਜਾਣਦੇ ਹਾਂ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ। ਸੋ ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਕਰਨ ਹੈ, ਸਾਡੀ 2020 'ਚ ਮੈਰਿਜ ਹੋਈ ਸੀ ਅਤੇ 2020 ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅਗਸਤ ਦੇ ਵਿੱਚ ਕਿ ਮੇਰੀ ਵਾਈਫ ਨੂੰ ਐਂਡਰੋਮੈਟਮ ਸਿਸਟ ਹੈ, ਇੱਕ ਪ੍ਰੋਬਲਮ ਆ ਜਿਹਦੇ ਕਰਕੇ ਨਾ ਬੇਬੀ ਕੰਸੀਵ ਕਰਨਾ ਮੁਸ਼ਕਿਲ ਆ, ਅਤੇ ਅਸੀਂ ਫਿਰ IVF ਬਾਰੇ ਸੋਚਿਆ 2024 ਦੇ ਵਿੱਚ ਜਾ ਕੇ ਥੋੜ੍ਹੇ ਪੈਸੇ ਵਗੈਰਾ ਲਈ ਜੋੜ ਲਏ ਕਿ IVF ਵਗੈਰਾ ਕਰਾਵਾਂਗੇ, ਅਤੇ 2024 ਵਿੱਚ ਅਸੀਂ ਇੰਦਰਾ IVF ਬਾਰੇ ਔਨਲਾਈਨ ਦੇਖਿਆ, ਔਨਲਾਈਨ ਉਹਦੇ ਰਿਵਿਊਜ਼ ਵਗੈਰਾ ਪੜ੍ਹੇ ਲੁਧਿਆਣੇ ਦੇ, ਤਾਂ ਸਾਨੂੰ ਬੜੇ ਪੋਜ਼ਿਟਿਵ ਰਿਵਿਊ ਲੱਗੇ, 4.8 ਦੀ ਰੇਟਿੰਗ ਸੀ, ਅਸੀਂ ਕਿਹਾ ਚਲੋ ਟਰਾਈ ਕਰਦੇ ਹਾਂ, ਅਤੇ ਅਸੀਂ ਉਹਨਾਂ ਕੋਲ ਗਏ ਅਤੇ ਉਹਨਾਂ ਤੋਂ ਜਾਣ ਤੋਂ ਬਾਅਦ ਸਾਨੂੰ ਉਹਨਾਂ ਨੇ ਟ੍ਰੀਟਮੈਂਟ ਵਗੈਰਾ ਸਟਾਰਟ ਕੀਤਾ 7,500 ਦਾ, ਪਹਿਲਾਂ ਸਟਾਰਟਿੰਗ ਤੋਂ ਉਹਨਾਂ ਨੇ ਕਿਹਾ ਕਿ ਪੈਕੇਜ ਵਗੈਰਾ ਹੋਣਗੇ, ਬਲੱਡ ਵਗੈਰਾ ਚੈੱਕ ਹੋਏਗਾ, ਟ੍ਰੀਟਮੈਂਟ ਸਟਾਰਟ ਹੋ ਗਿਆ, ਉਹ ਤੋਂ ਸਟਾਰਟ ਹੋ ਗਿਆ। ਉਸ 'ਚ ਉਹਨਾਂ ਨੇ ਕੀਤਾ, ਉਹਨਾਂ ਫਿਰ ਸਾਨੂੰ ਦੱਸਿਆ ਕਿ ਤੁਹਾਡਾ IVF ਤੋਂ ਬਿਨਾਂ ਬੱਚਾ ਹੋਣਾ ਪੋਸੀਬਲ ਨਹੀਂ ਹੈ, IVF ਦੇ ਥਰੂ ਹੀ ਤੁਹਾਡਾ ਬੱਚਾ ਹੋਏਗਾ। ਅੱਛਾ, ਮਤਲਬ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਕਿ IVF ਦੇ ਥਰੂ ਤੁਸੀਂ ਸੋਚ ਰਹੇ ਹੋ, ਬਟ ਤੁਸੀਂ ਜਾਣ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਰੈਕਮੈਂਡ IVF ਕੀਤਾ? ਹਾਂ, ਕਿਉਂਕਿ ਇੱਕ ਹੋਰ ਟੈਕਨੀਕ ਹੁੰਦੀ ਹੈ IVF ਕੇ ਇਲਾਵਾ, ਕਿਆ ਬੋਲਤੇ ਹੋਣਗੇ ਉਸਕੋ, ਇੱਕ ਹੋਰ ਟ੍ਰੀਟ ਹੁੰਦਾ, ਉਹ ਥੋੜ੍ਹਾ ਕੋਸਟਲੀ ਘੱਟ ਹੁੰਦਾ, ਬਟ ਉਹ ਕਹਿੰਦੇ ਤੁਹਾਡਾ IVF ਦੇ ਥਰੂ ਹੀ ਹੋਊਗਾ, IVF ਦੇ ਥਰੂ ਤੋਂ ਬਿਨਾਂ ਨਹੀਂ ਹੋ ਸਕਦਾ, ਅਤੇ ਅਸੀਂ IVF ਦੇ ਥਰੂ ਟਰਾਈ ਕੀਤਾ, ਅਤੇ ਨਵੰਬਰ 2023 ਦੇ ਵਿੱਚ ਅਸੀਂ ਟ੍ਰੀਟਮੈਂਟ ਸਟਾਰਟ ਕੀਤਾ, ਅਤੇ ਟ੍ਰੀਟਮੈਂਟ ਕਰਨ ਤੋਂ ਬਾਅਦ ਸਾਨੂੰ ਸਾਡੇ ਨਾ 4 ਐਂਬਰੋਜ਼ ਬਣ ਗਏ, ਮਤਲਬ ਪਿਕਅਪ ਤੋਂ ਬਾਅਦ ਮੇਰੇ ਸਪਮ ਅਤੇ ਐੱਗ ਲੈ ਕੇ 4 ਐਂਬਰੋਜ਼ ਬਣਾਏ, 2 ਫਰੀਜ਼ ਕਰਾ ਲਏ, 2 ਟ੍ਰਾਂਸਫਰ ਕਰਵਾ ਲਏ। ਜਦ 2 ਟ੍ਰਾਂਸਫਰ ਕਰਾਏ, ਉਸ ਤੋਂ ਸਾਨੂੰ ਪ੍ਰੈਗਨੈਂਸੀ 1.5 ਮਹੀਨਾ ਕਨਫਰਮ ਹੁੰਦੀ ਹੈ, ਅਤੇ ਉਹ ਕਨਫਰਮ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਟ੍ਰਿਪਲੇਟ ਬੇਬੀ ਹੋ ਗਏ, 3 ਬੱਚੇ ਹੋ ਗਏ, 2 ਐੱਗਸ ਦੇ ਨਾਲ 3 ਹੋ ਗਏ। ਮਤਲਬ ਇੱਕ ਵਾਰ ਤੁਹਾਨੂੰ ਖੁਸ਼ ਕਰਤਾ 3 ਬੇਬੀਜ਼ ਦਾ ਨਾਮ ਦੇ ਕੇ, ਫਿਰ ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਸਾਨੂੰ ਜਦੋਂ ਅਸੀਂ ਚੈੱਕ ਕਰਵਾਇਆ ਕਿ ਟ੍ਰਿਪਲੇਟ ਬੇਬੀ ਹੋਏ ਨੇ, ਤਾਂ ਸਾਨੂੰ ਥੋੜ੍ਹਾ ਡਰ ਵੀ ਹੋਇਆ ਕਿ ਤਿੰਨਾਂ ਨੂੰ ਬਲੱਡ ਵਗੈਰਾ ਪ੍ਰੋਪਰ ਮਿਲੇਗਾ ਜਾਂ ਨਹੀਂ ਮਿਲੇਗਾ 3 ਬੱਚੇ। ਮੈਡਮ ਕਹਿੰਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਅਗਰ ਕੋਈ ਅੱਗੇ ਆ ਕੇ ਪ੍ਰੋਬਲਮ ਆਏਗੀ ਤਾਂ ਅਸੀਂ ਇਹਨੂੰ ਕੰਸੀਡਰ ਕਰਾਂਗੇ। ਤਾਂ ਜਦੋਂ ਅਸੀਂ ਟ੍ਰੀਟਮੈਂਟ ਸਟਾਰਟ ਕੀਤਾ, ਫਸਟ ਕੰਫਰਮੇਸ਼ਨ ਸਕੈਨ ਆ ਗਈ, 3 ਬੱਚੇ ਓਕੇ ਨੇ। 10 ਦਿਨ ਬਾਅਦ ਸਾਡੀ ਬਲੀਡਿੰਗ ਸ਼ੁਰੂ ਹੋ ਗਈ, ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਸੈਂਟਰ ਗਏ, ਤਾਂ ਸੈਂਟਰ ਨੇ ਸਾਨੂੰ ਕਿਹਾ 5 ਦਿਨਾਂ ਨੂੰ ਐਡਮਿਟ ਕਰੋ। 5 ਦਿਨ ਅਸੀਂ ਇਹਨੂੰ ਐਡਮਿਟ ਕੀਤਾ, 5 ਦਿਨ ਐਡਮਿਟ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਕੈਨ ਕੀਤੀ, ਉਹਨਾਂ ਨੇ ਦੱਸਿਆ ਕਿ ਤੁਹਾਡਾ ਇੱਕ ਬੱਚਾ ਡੈਡ ਹੋ ਚੁੱਕਾ, ਸਿਰਫ 2 ਬੱਚੇ ਬਚੇ ਨੇ, ਅਤੇ ਅਸੀਂ ਕਿਹਾ ਕਿ ਮੈਮ ਅਗਰ ਇੱਕ ਬੱਚਾ ਐਕਸਪਾਇਰ ਹੋ ਗਿਆ ਤਾਂ ਬਾਕੀ 2 ਨੂੰ ਇਫੈਕਟ ਨਹੀਂ ਕਰੇਗਾ? ਉਹ ਕਹਿੰਦੇ ਕੋਈ ਇਫੈਕਟ ਨਹੀਂ ਕਰੇਗਾ, ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਇਹਦੇ ਲਈ ਤੁਸੀਂ 15,000 ਦੀ ਮੈਡੀਸਨ ਇੱਕ ਅਲੱਗ ਤੋਂ ਆਏਗੀ, 15,000 ਦਾ ਇੰਜੈਕਸ਼ਨ ਲੱਗੇਗਾ। 15,000 ਦਾ ਇੰਜੈਕਸ਼ਨ ਜਦੋਂ ਉਹਨਾਂ ਨੇ ਲਗਾਤਾਰ ਮੈਡੀਸਨ ਦਿੱਤੀ ਤਾਂ ਫਿਰ ਸਾਨੂੰ ਥੋੜ੍ਹਾ ਇਹ ਹੋਇਆ ਕਿ ਸਾਡੇ 2 ਬੱਚੇ ਤਾਂ ਬਚਣਗੇ, ਐਟਲੀਸਟ 1 ਤਾਂ ਗਿਆ, ਕੋਈ ਗੱਲ ਨਹੀਂ 2 ਤਾਂ ਬਚਣਗੇ। ਫਿਰ 5-7 ਦਿਨ ਬਾਅਦ ਜਦ ਅਸੀਂ ਘਰ ਆਏ, 5-7 ਦਿਨ ਬਾਅਦ ਬਲੀਡਿੰਗ ਸ਼ੁਰੂ ਹੋ ਗਈ, ਪੇਨ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ। ਜਦ ਪੇਨ ਸ਼ੁਰੂ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਅਸੀਂ ਸੁਮਨ ਹੋਸਪਿਟਲ ਲੈ ਕੇ, ਕਿਉਂਕਿ ਐਮਰਜੈਂਸੀ ਸੀ, ਰਾਤ ਨੂੰ ਐਮਰਜੈਂਸੀ ਸੀ, ਉਹ ਫੋਨ ਪਿੱਕ ਨਹੀਂ ਸੀ ਕਰ ਰਹੇ, ਅਸੀਂ ਐਮਰਜੈਂਸੀ ਸੁਮਨ ਹੋਸਪਿਟਲ ਲੈ ਕੇ ਗਏ ਅਤੇ ਉਹਨਾਂ ਨੇ ਪੇਨ ਵਗੈਰਾ ਇੰਜੈਕਸ਼ਨ ਲਗਾਇਆ। ਫਿਰ ਸਵੇਰੇ ਅਸੀਂ ਇੰਦਰਾ IVF ਚਲੇ ਗਏ, ਉਹਨਾਂ ਨੇ ਸਾਨੂੰ ਦੇਖਿਆ, ਚੈੱਕ ਕਰਨ ਤੋਂ ਪਹਿਲੇ ਉਹਨਾਂ ਨੇ ਸਾਨੂੰ ਕਹਿਤਾ ਤੁਸੀਂ DMC ਲੈ ਜਾਓ, ਮਤਲਬ ਚੈੱਕ ਵੀ ਨਹੀਂ ਕੀਤਾ ਗਿਆ। ਸੋ ਮੈਮ ਉਸ ਟਾਈਮ ਤੁਹਾਡਾ ਕੀ ਰਿਐਕਸ਼ਨ ਸੀ?
ਮੈਂ ਉਸ ਸਮੇਂ ਬਹੁਤ ਪੇਨ ਥਾ, ਪੇਨਫੁਲ ਬਹੁਤ ਆ ਪੇਟ ਮੈਂ, ਰਾਤ ਕੋ 2 ਵਜੇ ਸੁਮਨ ਹੋਸਪਿਟਲ ਗਏ, ਸੁਮਨ ਹੋਸਪਿਟਲ ਸੇ ਰਾਤ ਸੁਬਹੇ ਆ ਗਏ, ਸੁਬਹੇ ਫਿਰ ਵੀ ਪੇਨ ਸਟਾਰਟ ਹੁਆ, ਫਿਰ ਇੰਦਰਾ ਆਈਵੀਐਫ ਚਲੇ ਗਏ ਹਮ ਲੋਕ, ਵਹਾਂ ਬੋਲੇ ਡਾਕਟਰ ਕਿ ਤੁਮ ਲੋਕ ਸਕੈਨ ਕਰਵਾ ਕੇ ਬਾਹਰ ਸੇ ਲੈ ਆਓ, ਤਾਂ ਹਮ ਸਕੈਨ ਕਰਵਾ ਕੇ ਲਾਏ, ਤਾਂ ਉਸਨੇ ਬੋਲੇ ਕਿ ਤੁਮ ਲੋਕ ਨਾ DMC ਰੈਫਰ ਹੋ ਜਾਓ, ਇਧਰ ਅਬ ਨਹੀਂ ਹੋਗਾ, ਯਹਾਂ 2 ਹੀ ਡਾਕਟਰ ਹੈ, ਔਰ ਹਮ ਰਾਤ ਕੋ ਡਾਕਟਰ ਰਹਿਤੇ ਨਹੀਂ ਹੈ, ਔਰ 2 ਹੀ ਟੀਕਾ ਹੈ, ਤਾਂ ਹਮ ਕੁਛ ਕਰ ਨਹੀਂ ਸਕਦੇ, ਆਪ ਲੋਕ ਉਧਰ ਚਲੇ ਜਾਓ, ਫਿਰ ਹਮ ਲੋਕ DMC ਕੋ ਚਲੇ ਗਏ, DMC ਮੈਂ ਵੀ ਇਤਨਾ ਕੋਈ ਪੁੱਛਾ ਨਹੀਂ, ਕੁਛ ਨਹੀਂ, ਮਤਲਬ ਇਤਨਾ ਟ੍ਰੀਟਮੈਂਟ ਕੁਛ ਅੱਛਾ ਨਹੀਂ ਹੋਇਆ DMC ਮੈਂ ਵੀ, ਮਤਲਬ ਟ੍ਰੀਟਮੈਂਟ ਆਪਕੇ ਸਾਥ ਹੋ ਰਹਾ ਥਾ, ਪਰ ਉਸ ਆਪਕੋ ਯੇ ਲਗਤਾ ਹੈ ਕਿ ਸਹੀ ਨਹੀਂ ਹੋ ਰਹਾ ਥਾ ਟ੍ਰੀਟਮੈਂਟ? ਨਹੀਂ ਨਹੀਂ ਸਹੀ ਨਹੀਂ, ਮੈਮ ਇੱਕ ਵਾਰ ਆਤੀ ਥੀ, ਇੱਕ ਵਾਰ ਮੋਰਨਿੰਗ ਮੈਂ ਦੇਖ ਲੈਤੀ ਥੀ, ਬਸ ਹੋ ਗਿਆ, ਔਰ ਦੁਬਾਰਾ ਨਹੀਂ। ਸਰ ਤੁਸੀਂ ਕਹਿ ਰਹੇ ਹੋ DMC ਰੈਫਰ ਕਰ ਦਿੱਤਾ ਗਿਆ, ਅੱਗੇ ਫਿਰ ਅੱਗੇ ਕੀ ਹੋਇਆ? ਐਕਚੁਅਲੀ DMC ਇਹਨਾਂ ਨੇ ਰੈਫਰ ਕੀਤਾ ਸੀ, ਇਹਨਾਂ ਦੀ ਫਰੈਂਡ ਸੀ ਕੋਈ ਪੂਜਾ ਟੰਡਨ, DMC ਉਹਨਾਂ ਕੋਲ ਰੈਫਰ ਕਰਤਾ ਇਹਨਾਂ ਨੇ, ਅਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਕੋਆਰਡੀਨੇਟ ਹੀ ਨਹੀਂ ਕੀਤਾ, ਨਾ DMC ਵਾਲਿਆਂ ਨਾਲ ਕੋਆਰਡੀਨੇਟ ਕੀਤਾ, ਇਹਨਾਂ ਨੇ 5 ਦਿਨ ਐਡਮਿਟ ਸੀ, 5 ਦਿਨ ਬਲੀਡਿੰਗ ਨਹੀਂ ਰੁਕੀ, ਪੇਨ ਨਹੀਂ ਰੁਕਿਆ, ਪਰ ਇਹਨਾਂ ਨੇ 5 ਦਿਨ ਵਿੱਚ ਮੈਂ ਇਹਨਾਂ ਕੋਲ ਗਿਆ ਵੀ, ਕਾਲ ਵੀ ਕੀਤੇ, ਕਾਲ ਇਹਨਾਂ ਨੇ ਕੋਈ ਕਾਲ ਨਹੀਂ ਪੇ ਕੀਤੇ, ਕਹਿੰਦੇ ਡਾਕਟਰ ਬਿਜ਼ੀ ਨੇ, ਡਾਕਟਰ ਲੰਚ ਕਰ ਰਹੇ ਨੇ, ਕਿਉਂਕਿ ਐਕਚੁਅਲੀ ਨੰਬਰ ਆਫ ਪੇਸ਼ੈਂਟਸ ਬਹੁਤ ਜ਼ਿਆਦਾ ਔਰ ਨੰਬਰ ਆਫ ਡਾਕਟਰਸ ਬਹੁਤ ਘੱਟ ਨੇ, ਤਾਂ ਉਹਨਾਂ ਕਹਿੰਦੇ ਹੋ ਤਾਂ 2 ਹੀ ਡਾਕਟਰ ਨੇ। ਹਾਂ 2 ਹੀ ਡਾਕਟਰ ਨੇ। ਕਿੰਨੀ ਵੱਡੀ ਗੱਲ ਤੁਸੀਂ ਕਹਿ ਰਹੇ ਹੋ, ਕਿਉਂਕਿ ਟੀਮ ਇਹ ਕਹਿ ਰਹੇ ਨੇ ਬਹੁਤ ਵੱਡੀ ਹੈ, ਜਿੱਦਾਂ ਆਪਾਂ ਕਾਲ 'ਤੇ ਵੀ ਗੱਲ ਇਹਨਾਂ ਨਾਲ ਕੀਤੀ ਹੈ, ਅਤੇ ਉਹ ਕਹਿ ਰਹੇ ਨੇ ਟੀਮ ਬਹੁਤ ਵੱਡੀ। ਨਹੀਂ ਉਹਨੂੰ ਟੀਮ ਅਕਾਊਂਟਸ ਵਾਲਿਆਂ ਨੂੰ ਜੋੜੋਗੇ, ਤੁਸੀਂ ਰਿਸੈਪਸ਼ਨ ਨੂੰ ਜੋੜੋਗੇ, ਤਾਂ ਉਹ ਟੀਮ ਥੋੜ੍ਹੀ ਹੋਈ ਨਾ, ਤੁਸੀਂ ਡਾਕਟਰ ਦੀ ਟੀਮ ਇੱਕ ਅਲੱਗ ਹੋਈ ਨਾ, ਜਾਂ ਜਿਹੜਾ ਜੋ ਟ੍ਰਾਂਸਫਰ ਹੈ ਪਿਕਅਪ ਕਰਦੇ ਨੇ ਉਹਨਾਂ ਨੂੰ ਨਾ ਜੋੜੋ, ਉਹਨਾਂ ਨੇ ਜੋ ਟ੍ਰਾਂਸਫਰ ਕਰਨਾ ਹੈ ਪਿਕਅਪ ਕਰਨਾ। ਅੱਖਾਂ ਨਮ ਹੋ ਰਹੀਆਂ ਨੇ, ਪਹਿਲਾਂ ਤਾਂ ਪਲੀਜ਼ ਤੁਸੀਂ ਟੈਨਸ਼ਨ ਨਾ ਲਓ, ਕਿਉਂਕਿ ਇਨਸਾਫ ਤਾਂ ਮਿਲੇਗਾ ਹੀ ਮਿਲੇਗਾ, ਕਿਉਂਕਿ ਸਭ ਨੂੰ ਪਤਾ ਕਿ ਗਲਤ ਹੋਇਆ, ਜਿੰਨੇ ਵੀ ਲੋਕ ਦੇਖ ਰਹੇ ਨੇ ਪਤਾ ਲੱਗਦਾ ਕਿ ਗਲਤ ਹੋਇਆ। ਤੋ ਉਸ ਤੋਂ ਬਾਅਦ ਉਹਨਾਂ ਨੇ ਐਕਚੁਅਲੀ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਟੈਨਸ਼ਨ ਲਓ, ਤੁਹਾਡੇ 7 ਮਹੀਨੇ 8 ਮਹੀਨੇ ਤੱਕ ਅਸੀਂ ਕੇਅਰ ਕਰਾਂਗੇ, ਪਰ ਜਦੋਂ ਪੈਕੇਜ ਸਾਡਾ ਖਤਮ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਜੋ ਸਾਡੇ ਪੈਸੇ ਪੂਰੇ ਚਲੇ ਗਏ, ਜੋ ਪੂਰੀ ਪੇਮੈਂਟ ਚਲੀ ਗਈ, ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਪੁੱਛਣਾ ਹੀ ਬੰਦ ਕਰਤਾ, 4-4 ਘੰਟੇ ਇੱਕ ਸਕੈਨ ਕਰਾਉਣ ਲਈ ਅਸੀਂ 6-6 ਘੰਟੇ ਵੇਟ ਕੀਤੀ ਹੈ, 7-7 ਘੰਟੇ ਵੇਟ ਕੀਤੀ ਹੈ, ਸਕੈਨ ਜਿਹੜੀ ਬਾਹਰ 1000 ਰੁਪਏ ਦੀ ਹੁੰਦੀ, 2500-3000 ਦੀ ਸਕੈਨ ਹੁੰਦੀ, ਉਹਦੇ ਲਈ ਅਸੀਂ ਇੰਨੀ ਦੇਰ ਵੇਟ ਕੀਤੀ ਹੈ। ਉਸ ਤੋਂ ਬਾਅਦ ਈਵਨ ਮੈਡੀਸਨ, ਮੈਂ ਉਹਨਾਂ ਮੈਡੀਸਨ ਕੋਸ ਤੁਸੀਂ ਬਾਹਰੋਂ ਕਿਉਂ ਨਹੀਂ ਕਰਾਈ ਫਿਰ ਸਕੈਨ? ਐਕਚੁਅਲੀ ਡਾਕਟਰ ਚੈੱਕ ਕਰ ਰਹੇ ਨੇ, ਡਾਕਟਰ ਬਕੁਲ ਜੋ ਡਾਕਟਰ ਸਾਨੂੰ ਇੱਕ ਕੋਨਫੀਡੈਂਸ ਸੀ ਨਾ ਕਿ ਸਾਡਾ ਡਾਕਟਰ ਦੇਖ ਰਿਹਾ ਸਾਨੂੰ, ਜਿਸ ਡਾਕਟਰ ਤੋਂ ਅਸੀਂ 5-6 ਲੱਖ ਰੁਪਏ ਲਗਾ ਚੁੱਕੇ ਹਾਂ, ਉਹ ਡਾਕਟਰ ਸਾਨੂੰ ਦੇਖ ਰਿਹਾ, 1000 ਰੁਪਏ ਸਕੈਨ ਅਸੀਂ ਬਾਹਰੋਂ ਕਰਾ ਲੈਂਦੇ, ਪਰ ਸਾਨੂੰ ਇਹ ਸੀ ਕਿ ਸਾਨੂੰ ਡਾਕਟਰ ਉਹ ਚੈੱਕ ਕਰ ਰਿਹਾ, ਪਰ ਸਾਨੂੰ ਕਿ ਅਸੀਂ ਡਾਕਟਰ ਵੀ ਉਹ ਧਿਆਨ ਨਹੀਂ ਦੇ ਰਿਹਾ। ਉਸ ਤੋਂ ਬਾਅਦ ਈਵਨ ਕਿ ਜੋ ਮੈਡੀਸਨ ਬਾਹਰ 7-8 ਸੌ ਰੁਪਏ ਦੀ ਮੈਡੀਸਨ ਆਉਂਦਾ, ਜੋ ਬਹੁਤ ਜਾਂਦਾ, ਉਹ 12-12, 13-14, 1400 ਮਤਲਬ ਡਬਲ ਰੇਟ ਆ, ਪਰ ਫਿਰ ਵੀ ਅਸੀਂ ਮੈਡੀਸਨ ਉੱਥੇ ਪ੍ਰੈਫਰ ਕਰਦੇ ਸੀ, ਨਹੀਂ ਉਹਨਾਂ ਨੇ ਲਿਖ ਕੇ ਦਿੱਤੀ ਆ ਤਾਂ ਅਸੀਂ ਉੱਥੇ ਮੈਡੀਸਨ ਲਵਾਂਗੇ, ਪਰ ਜੋ ਸਾਡੇ ਨਾਲ ਹੋਇਆ ਉਸ ਤੋਂ ਬਾਅਦ DMC ਉਹਨਾਂ ਨੇ ਕੋਈ ਉਹਨਾਂ ਨੇ ਕੋਆਰਡੀਨੇਟ ਨਹੀਂ ਕੀਤਾ, DMC ਸਾਨੂੰ 5 ਦਿਨ 'ਚ ਡਿਸਚਾਰਜ ਕਰਦਾ, ਜਦਕਿ ਉਹ 15-16 ਦਿਨ ਡਿਸਚਾਰਜ ਕਰਨੇ, 5 ਦਿਨ ਬਾਅਦ ਜਦੋਂ ਡਿਸਚਾਰਜ ਕੀਤਾ ਮੋਰਨਿੰਗ ਹੀ ਬਲੀਡਿੰਗ ਸ਼ੁਰੂ ਹੋ ਗਈ, ਨਾਲ ਦੇ ਕਿਸੇ ਸਕੈਨ ਸੈਂਟਰ ਗਏ, ਉਹਨਾਂ ਨੇ ਸਾਨੂੰ ਦੱਸਿਆ ਤੁਹਾਡਾ ਦੂਜਾ ਬੱਚਾ ਵੀ ਡੈਡ ਕਰ ਗਿਆ, ਅਤੇ ਇੱਕ ਸਿਰਫ 10% ਰਹਿ ਗਿਆ ਤੁਹਾਡਾ ਬੱਚਾ, ਉਹ ਵੀ ਜੇ ਤੁਸੀਂ ਕਿਤੇ ਹੋਸਪਿਟਲ ਲੈ ਜਾਓ, ਅਤੇ ਉਹਨਾਂ ਨੂੰ ਕਾਲ ਕੀਤੀ ਤਾਂ ਵੀ ਇੰਦਰਾ ਆਈਵੀਐਫ ਨੂੰ, ਤਾਂ ਵੀ ਅਸੀਂ ਲਾਸਟ ਉਹਨਾਂ ਤੋਂ ਹੋਪ ਰੱਖੀ ਕਿ ਚਲੋ ਸਾਡਾ ਇੱਕ ਬੱਚਾ ਤਾਂ ਇੰਦਰਾ ਆਈਵੀਐਫ ਬਚਾਏਗਾ, ਉਹਨਾਂ ਨੂੰ ਕਾਲ ਕੀਤੀ, ਉਹ ਕਹਿੰਦੇ ਇਹ 'ਚ ਅਸੀਂ ਕੁਛ ਨਹੀਂ ਕਰ ਸਕਦੇ, ਤੁਸੀਂ DMC ਰੈਫਰ ਹੋ ਜਾਓ। ਅੱਛਾ, ਤੀਸਰੀ ਵਾਰ ਫਿਰ ਉਹਨਾਂ ਨੇ DMC ਰੈਫਰ ਹੋਣ ਨੂੰ ਕਿਹਾ, ਕਿ DMC ਵੀ ਤੁਹਾਡੀ ਉਸ ਹਿਸਾਬ ਨਾਲ ਤੁਹਾਡੇ ਵਾਈਫ ਦੀ ਕੇਅਰ ਨਹੀਂ? ਹਾਂ, ਕਿਉਂਕਿ IVF ਉਹ ਕਰ ਰਹੇ ਨੇ, ਟ੍ਰੀਟਮੈਂਟ ਸਾਰਾ ਉਹ ਕਰ ਰਹੇ ਨੇ, ਉਹਨਾਂ ਨੂੰ ਪਤਾ ਵਾ, ਟ੍ਰੀਟਮੈਂਟ ਸਾਰਾ ਉਹ ਕਰ ਰਹੇ ਨੇ, ਉਹਨਾਂ ਨੂੰ ਪਤਾ ਨਾ, ਅਤੇ ਫਿਰ ਅਸੀਂ DMC ਜਾਣ ਤੋਂ ਬਾਅਦ ਨੇੜੇ ਹੋਸਪਿਟਲ ਗਏ, ਸ਼ਿਲਪੀ ਹੋਸਪਿਟਲ ਗਏ, ਸ਼ਿਲਪੀ ਹੋਸਪਿਟਲ ਜਾਣ ਤੋਂ ਬਾਅਦ ਉਹਨਾਂ ਨੇ 5 ਦਿਨ ਸਾਨੂੰ ਐਡਮਿਟ ਕੀਤਾ, ਕਿਉਂਕਿ ਪਲਸ ਬਹੁਤ ਜ਼ਿਆਦਾ ਵੱਧ ਗਈ ਸੀ, ਇਨਫੈਕਸ਼ਨ ਬਹੁਤ ਸੀ ਯੂਰਨ ਦੇ ਵਿੱਚ, ਕਿਉਂਕਿ 2 ਬੱਚੇ ਅੰਦਰ ਖਰਾਬ ਹੋ ਜਾਏ ਕਿ ਯੂਰਨ 'ਚ ਵੈਸੇ ਬਲੱਡ ਦੇ ਇਨਫੈਕਸ਼ਨ ਸੀ, ਤਾਂ ਉਹਨਾਂ ਨੇ ਫਿਰ ਲਾਸਟ ਵਿੱਚ ਜੋ 5-6 ਦਿਨ ਬਾਅਦ ਸਕੈਨ ਕੀਤੇ, ਉਹਨਾਂ ਨੇ ਦੱਸਿਆ ਤੁਹਾਡਾ ਤੀਸਰਾ ਬੱਚਾ ਵੀ ਖਤਮ ਆ, ਅਤੇ ਅਡੋਪਸ਼ਨ ਕਰਾਉਣੀ ਪੈਣੀ ਹੈ ਤੁਹਾਨੂੰ, ਨਹੀਂ ਤਾਂ ਇਹਨਾਂ ਨੂੰ ਤੁਸੀਂ 40 'ਚ ਐਡਮਿਟ ਕਰ ਲਓ।
ਫਿਰ ਸ਼ਿਲਪੀ ਹੋਸਪਿਟਲ ਨੇ ਫਿਰ ਤੁਹਾਨੂੰ ਸੰਭਾਲਿਆ ਅਤੇ ਬਸ ਲਾਸਟ 5ਵੇਂ ਦਿਨ ਅਡੋਪਸ਼ਨ ਤੋਂ ਬਾਅਦ 2 ਦਿਨ ਬਾਅਦ ਫਿਰ ਉਹਨਾਂ ਨੇ 7 ਦਿਨ ਅਸੀਂ ਉੱਥੇ ਰਹੇ, ਉੱਥੋਂ 50-60 ਹਜ਼ਾਰ ਰੁਪਏ ਬਣੇ ਆ, DMC 50-60 ਹਜ਼ਾਰ, 4-5 ਲੱਖ ਰੁਪਏ ਸਾਡਾ ਉੱਥੇ ਲੱਗ ਗਿਆ। ਅਤੇ ਜਦੋਂ IVF ਦਾ ਤੁਸੀਂ ਪੈਕੇਜ ਪੁੱਛਿਆ ਸੀ ਉਦੋਂ ਕੀ ਪੈਕੇਜ ਦੱਸਿਆ? 1,80,000 ਰੁਪਏ ਪੈਕੇਜ ਦੱਸੇ ਸੀ। 1,80,000 ਉਹ 'ਚ ਮੈਡੀਸਨ ਕੋਸਟ ਦੱਸੀ ਨੇ ਉਹਨਾਂ ਨੇ, ਮੈਡੀਸਨ ਤੋਂ ਕੋਸਟ ਤੁਸੀਂ 15 ਦਿਨ ਦੀ ਮੈਡੀਸਨ 30,000 ਦੀ ਆ, ਮਹੀਨੇ ਦੀ 60,000 ਦੀ ਹੋ ਗਈ, 9 ਮਹੀਨੇ ਤੁਸੀਂ ਉਹ ਕਰੋਗੇ 5,40,000 ਉਹ ਵੀ ਬਣ ਗਿਆ। ਉਸ ਤੋਂ ਇਲਾਵਾ ਛੋਟੇ ਛੋਟੇ ਜਿਹੜੇ ਸੀਗੇ ਖਰਚੇ, ਕਦੇ ਕੁਛ ਕਰਵਾਉਣਾ, ਕਦੇ ਤੁਹਾਡੇ ਜੇ ਅਸੀਂ ਨਹੀਂ ਕਰਾਉਂਦੇ ਉਹ ਕਹਿੰਦੇ ਤੁਹਾਡੇ ਨੰਬਰ ਆਫ ਚਾਂਸਿਸ ਘਟਣਗੇ, ਤੁਹਾਡਾ 5% ਚਾਂਸ ਘੱਟ ਜੂਗਾ, ਤੁਹਾਡਾ 10% ਚਾਂਸ ਘੱਟ ਜੂਗਾ। ਅੱਛਾ। ਈਵਨ ਕਿ ਮੇਰੇ ਵੈਸੇ 2 ਐਗ ਉਹਨਾਂ ਕੋਲ ਹੈ ਫਰੀਜ਼ ਨੇ, ਮੈਂ 1 ਸਾਲ ਦੇ ਪੈਸੇ ਉਹਨਾਂ ਨੂੰ ਦੇ ਚੁੱਕਾ ਉਹਨਾਂ ਦੇ, 1 ਸਾਲ ਦੀ ਪੇਮੈਂਟ ਮੇਰੇ ਕੋਲ ਉਹਨਾਂ ਦੀ ਜਾ ਚੁੱਕੀ, 2 ਐਗ ਮੇਰੇ ਫਰੀਜ਼ ਨੇ। ਜਦੋਂ ਪਹਿਲਾਂ ਤੁਹਾਡੀ ਪੇਮੈਂਟ ਹੋ, ਜਦੋਂ ਪੇਮੈਂਟ ਹੋ ਜਾਂਦੀ ਹੈ ਉਸ ਤੋਂ ਬਾਅਦ ਹਸਪੀਟਲ ਵਾਲੇ ਟੋਰਚਰ ਕਰਨ ਲੱਗ ਗਏ? ਰਿਪਲਾਈ ਨਹੀਂ ਕੀਤਾ ਉਹਨਾਂ ਨੇ ਕੋਈ ਟੋਰਚਰ ਕੀ, ਮੈਂ ਵੈਸੇ ਦੇਖੋ ਇਹਨਾਂ ਦੇ ਇੰਜੈਕਸ਼ਨ ਪੇਟ ਦੇ ਵਿੱਚ ਬਹੁਤ ਜ਼ਿਆਦਾ ਇੰਜੈਕਸ਼ਨ ਲੱਗੇ ਸੀ, ਬੈਕ 'ਤੇ ਇੰਜੈਕਸ਼ਨ ਲੱਗੇ ਸੀ, ਬੰਦਾ ਫਿਜ਼ੀਕਲੀ ਵੀ ਪ੍ਰੋਬਲਮ 'ਚ ਹੈ, ਮੈਂਟਲੀ ਵੀ, ਫਾਈਨੈਂਸ਼ੀਅਲੀ ਵੀ, ਤਿੰਨੋਂ ਜਗ੍ਹਾ ਤਾਂ ਸਾਨੂੰ ਮਾਰ ਵੱਜੀ ਆ, ਤਿੰਨੋਂ ਜਗ੍ਹਾ ਸਾਨੂੰ ਮਾਰ ਵੱਜੀ। ਹੁਣ ਤਾਂ ਮੈਂ ਤਾਂ ਈਵਨ ਮੈਂ ਇਹੀ ਚਾਹੁੰਦਾ ਕਿ ਬਾਕੀ ਜੋ ਕੋਈ ਹੋਰ ਜਾਵੇ ਉਹ ਅਵੇਅਰ ਹੋ ਕੇ ਜਾਵੇ ਕਿ ਯਾਰ ਤੁਹਾਨੂੰ ਕੋਈ 1,80,000 ਦਾ ਪੈਕੇਜ ਨਹੀਂ, ਜਾਂ ਤੁਹਾਨੂੰ ਨੰਬਰ ਆਫ ਚਾਂਸਿਸ ਜੋ 60-70%। ਉਹਨਾਂ ਨੇ ਈਵਨ ਮੈਂ ਦੁਬਾਰਾ ਮੇਲ ਵੀ ਕੀਤੀ ਕਿ ਸਾਡੇ ਨਾਲ ਇੱਦਾਂ ਹੋ ਗਿਆ, ਉਹ ਕਹਿੰਦੇ ਤੁਸੀਂ ਸਾਡੇ ਲਈ ਕਾਮਯਾਬ ਹੋ, ਸਾਡੀ ਸਕਸੈਸ ਰੇਟ ਦੇ ਵਿੱਚੋਂ ਤੁਹਾਡਾ ਬੱਚਾ ਹੋਇਆ ਜਾਂ ਨਹੀਂ ਹੋਇਆ, ਅਸੀਂ ਪ੍ਰੈਗਨੈਂਸੀ ਕਰਾਤੀ, ਤੁਸੀਂ ਸਾਡੇ ਉਹ ਕਸਟਮਰ ਹੋ ਜਿਨ੍ਹਾਂ ਨੂੰ ਅਸੀਂ ਪੋਜ਼ਿਟਿਵ ਕਵਾਂਗੇ, ਨਾ ਕਿ ਨੈਗੇਟਿਵ ਕਵਾਂਗੇ। ਅੱਛਾ, ਜੇ ਬੱਚਾ ਸਰਵਾਈਵ ਨਹੀਂ ਕੀਤਾ ਤਾਂ ਉਹਨਾਂ ਦੀ ਕੋਈ ਜ਼ਿੰਮੇਵਾਰੀ? ਕੋਈ ਜ਼ਿੰਮੇਵਾਰੀ ਨਹੀਂ, ਉਹਨੇ ਕੋਈ ਜ਼ਿੰਮੇਵਾਰੀ, ਉਹ ਕਹਿੰਦੇ ਸਾਡੇ ਪ੍ਰੈਗਨੈਂਸੀ ਅਸੀਂ ਕਰਵਾਤੀ, ਸਾਡੇ ਲਈ ਤੁਸੀਂ 2 ਮਹੀਨੇ 'ਚ ਖਤਮ, ਕਿਸੇ 7 ਮਹੀਨੇ 'ਚ ਵੀ ਖਤਮ ਹੋ ਰਿਹਾ ਉੱਥੇ, ਅਤੇ ਸਾਡਾ ਕੰਮ ਕਹਿੰਦੇ ਰੋਲ ਹੈ ਨਹੀਂ ਅੱਜ। ਅੱਛਾ ਜੀ, ਪਹਿਲਾਂ ਮਤਲਬ ਇਹ ਕਿਹਾ ਗਿਆ ਸੀ ਕਿ ਰਿਸਪੋਂਸਿਬਿਲਿਟੀ ਸਾਡੀ ਰਹੇਗੀ 8 ਮਹੀਨੇ ਤੱਕ, 9 ਮਹੀਨੇ ਤੱਕ ਟੇਕ ਕੇਅਰ ਕਰਾਂਗੇ, ਤੁਹਾਨੂੰ ਧਿਆਨ ਰੱਖਾਂਗੇ, ਸਾਡੀ ਜ਼ਿੰਮੇਵਾਰੀ ਆ। ਬਕੁਲ ਕਪੂਰ ਡਾਕਟਰ ਨੇ ਇਹੀ ਕਿਹਾ ਸੀ ਸਾਨੂੰ, ਉਸ ਤੋਂ ਸਾਨੂੰ ਫੋਨ ਹੀ ਨਹੀਂ ਪਿੱਕ ਕੀਤਾ ਕਿਸੇ ਨੇ, ਕਿਉਂਕਿ ਬਸ ਮੈਡਮ ਲੰਚ ਕਰ ਰਹੇ ਨੇ, ਮੈਡਮ ਬਿਜ਼ੀ ਨੇ, ਮੈਂ ਉੱਥੇ ਜਾ ਕੇ ਤੁਸੀਂ ਆਪ ਜਾ ਕੇ ਦੇਖਿਓ ਉੱਥੇ ਨੰਬਰ ਆਫ ਪੇਸ਼ੈਂਟਸ ਕਿੰਨੇ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਸੈਂਟਰ ਪੂਰਾ, ਫਿਰ ਉਹੀ ਗੱਲ ਆ ਕਿ ਤੁਸੀਂ ਜੇ ਨੰਬਰ ਆਫ ਪੇਸ਼ੈਂਟਸ ਔਰ ਨੰਬਰ ਆਫ ਡਾਕਟਰ ਨੂੰ ਬਰਾਬਰ ਕਰੋਗੇ ਤਾਂ ਕੰਮ ਬਹੁਤ ਜ਼ਿਆਦਾ ਵਾ। ਸਰਕਾਰੀ ਹਸਪੀਟਲ ਵਾਲਾ ਹਾਲ ਉੱਥੇ। ਅੱਛਾ ਜੀ, ਇੰਨਾ ਬੁਰਾ ਹਾਲ ਹੈ? ਹਾਂ, ਪੈਸੇ ਦੇ ਕੇ ਵੀ ਸਰਕਾਰੀ ਹਸਪੀਟਲ ਵਾਲਾ ਹਾਲ ਉੱਥੇ ਜੀ। ਅਤੇ ਤੁਹਾਡਾ ਓਵਰਆਲ ਜਿਵੇਂ ਖਰਚੇ ਦੀ ਗੱਲ ਕਰਾਂ, ਕਿੰਨਾ ਤੁਹਾਡਾ ਖਰਚਾ ਹੁਣ ਤੱਕ ਆ ਚੁੱਕਿਆ? DMC ਵਗੈਰਾ ਉਹਨਾਂ ਦਾ 6-7 ਲੱਖ ਰੁਪਏ ਖਰਚਾ ਆ ਚੁੱਕਿਆ। 6-7 ਲੱਖ? ਹਾਂ, 6-7 ਲੱਖ ਰੁਪਏ ਖਰਚਾ। ਬੱਚੇ ਮੇਰੇ ਕੋਈ ਨਹੀਂ ਆਏ ਹੱਥ 'ਚ, ਅਤੇ ਜਿਹੜੀ ਵਾਈਫ ਨੂੰ ਪੇਨ ਹੋਈ ਮੈਂਟਲੀ ਜਾਂ ਫਿਜ਼ੀਕਲੀ, ਉਹ ਤਾਂ ਹੈ, ਉਹਦਾ ਕੋਈ ਇਲਾਜ ਹੀ ਨਹੀਂ ਹੈ। ਹੁਣ ਮੈਮ ਤੁਹਾਡੀ ਤਬੀਅਤ ਕਿੱਦਾਂ? ਮੈਮ ਅਬ ਥੋੜ੍ਹਾ ਠੀਕ ਹੂੰ ਮੈਂ, ਪਹਿਲੇ ਤੋਂ ਬਹੁਤ ਬੁਰਾ ਹਾਲ ਥਾ ਮੇਰਾ। ਹਾਂ, ਅਬ ਥੋੜ੍ਹਾ ਠੀਕ ਲੱਗ ਰਿਹਾ ਹੈ ਜੀ। ਮੈਂ ਆਪਣੇ ਇਨਸਾਫ ਲਈ ਲੜਾਂਗਾ, ਮੈਂ ਸਿਵਲ ਸਰਜਨ ਆਫਿਸ ਵੀ ਕੰਪਲੀਟ ਦਿੱਤੀ ਹੈ, ਕੱਲ ਵੀ ਮਿਲਿਆ ਸੀ ਸਿਵਲ ਸਰਜਨ ਨੂੰ, ਡਾਕਟਰ ਸਾਹਿਬ ਨੂੰ, ਤੇ ਉਹਨਾਂ ਨੇ ਕਿਹਾ ਕਿ ਕਮੇਟੀ ਬਿਠਾਵਾਂਗੇ, ਜਲਦੀ ਤੁਹਾਨੂੰ ਇਹਦਾ ਫੈਸਲਾ ਮਿਲੇਗਾ। ਨਹੀਂ ਹੋਊਗਾ ਹਾਲ, ਮੈਂ DC ਦਫ਼ਤਰ ਜਾਵਾਂਗਾ ਜਾਂ ਪੁਲਿਸ ਕੰਪਲੀਟ ਕਰਾਂਗਾ, ਕੁਛ ਨਾ ਕੁਛ ਕਰਾਂਗਾ, ਕਿਉਂਕਿ ਮੈਂ ਚੁੱਪ ਨਹੀਂ ਬੈਠਾਂਗਾ। ਮੇਰੇ 3 ਬੱਚੇ ਗਏ ਨੇ, ਮੇਰੇ ਪੈਸੇ ਗਏ ਨੇ, ਸਾਡਾ ਟਾਈਮ ਗਿਆ। ਤੁਸੀਂ ਆਪ ਨਵੰਬਰ ਤੋਂ ਲੈ ਕੇ ਹੁਣ ਤੱਕ, ਅਸੀਂ ਦੀਵਾਲੀ ਵਾਲੇ ਦਿਨ ਵੀ ਉੱਥੇ ਸੀ ਟੀਕਾ ਲਗਾਉਣਗੇ, ਦੁਸਹਿਰੇ ਵਾਲੇ ਦਿਨ ਵੀ ਉੱਥੇ ਸੀਗੇ, ਹੋਲੀ ਵਾਲੇ ਦਿਨ ਵੀ ਉੱਥੇ ਸੀ, ਹਰ ਤਿਉਹਾਰ ਅਸੀਂ ਉੱਥੇ ਬੈਠੇ ਸੀ ਕਿ ਸਾਡਾ ਬੱਚਾ ਸਾਨੂੰ ਮਿਲੇਗਾ। ਪਰ ਸਾਡੇ 3 ਤਿਉਹਾਰ ਵੀ ਗਏ, ਬੱਚੇ ਵੀ ਗਏ, ਟਾਈਮ ਵੀ ਗਿਆ, ਸਭ ਕੁਛ ਗਿਆ। ਹਰ ਇੱਕ ਤਿਉਹਾਰ ਵਾਲੇ ਦਿਨ ਅਸੀਂ ਉੱਥੇ ਬੈਠ ਕੇ ਅਸੀਂ ਇਲਾਜ ਕਰਾਇਆ ਵਾ, 4-5 ਘੰਟੇ ਵੇਟ ਕੀਤੀ ਹੈ। ਜੇ ਮੈਂ ਗੱਲ ਕਰਾਂ ਰਿਪੋਰਟ ਦੀ, ਤਾਂ ਤੁਸੀਂ ਸਾਨੂੰ ਫਸਟ ਰਿਪੋਰਟ ਦਿਖਾਓ ਜਿਹਦੇ 'ਚ 3 ਬੇਬੀਜ਼ ਤੁਹਾਡੇ ਨਜ਼ਰ ਆ ਰਹੇ ਸੀ। ਇਹ ਫਸਟ ਰਿਪੋਰਟ ਹੈ ਜਿਹ 'ਚ 3 ਬੱਚਿਆਂ ਦੀ ਹਾਰਟ ਬੀਟ ਆ ਰਹੀ ਹੈ। ਹਾਂਜੀ, ਇੱਥੇ ਲਿਖਿਆ ਹੋਇਆ 1, 2, 3 ਤਿੰਨਾਂ ਬੱਚਿਆਂ ਦੀ ਹਾਰਟ ਬੀਟ। ਤੁਸੀਂ ਟਾਈਮ ਦੇਖੋ 8 ਅਪ੍ਰੈਲ ਦੀ ਆ, ਇਸ ਤੋਂ ਬਾਅਦ ਟਾਈਮ ਦੇਖਣਾ ਸ਼ੁਰੂ ਕਰੋ। ਇਹ ਉਸ ਤੋਂ ਬਾਅਦ ਸਕੈਨ ਹੈਗੀ 22-4 ਦੀ, ਇਹਦੇ ਵਿੱਚ ਇੱਕ ਬੱਚਾ ਮੇਰਾ ਜਾ ਚੁੱਕਾ। ਇਹ 4-5 ਸਕੈਨ ਹੈ ਜਿਹ 'ਚ ਇੱਕ ਬੱਚਾ ਖਤਮ ਹੋ ਚੁੱਕਾ, ਸਿਰਫ ਇੱਕ ਬੱਚਾ ਬਚਿਆ। ਉਹਦੀ ਹਾਰਟ ਬੀਟ ਹੈਗੀ 201, ਨੋਰਮਲ ਨਹੀਂ ਹੈਗੀ, ਬਹੁਤ ਤੇਜ਼ ਹਾਰਟ ਬੀਟ ਹੈ। ਇਹਦੇ ਵਿੱਚ 10% ਚਾਂਸ ਸੀਗੇ ਡਾਕਟਰ ਨੇ ਕਿਹਾ ਬਚਣ ਦਾ। ਇਸ ਤੋਂ ਬਾਅਦ ਜੇ ਲਾਸਟ ਸਕੈਨ ਸੀਗੀ ਉਹਦੇ ਵਿੱਚ ਬੱਚਾ ਖਤਮ ਹੋ ਚੁੱਕਾ, 3 ਬੱਚੇ ਖਤਮ ਹੋ ਚੁੱਕੇ ਜੀ। ਸੋ ਹੁਣ ਤੁਹਾਡੀ ਕੀ ਮੰਗ ਹੈ?
ਮੰਗ ਮੈਂ ਸਿਵਲ ਸਰਜਨ ਨੂੰ ਕੰਪਲੇਂਟ ਕੀਤੀ ਹੋਈ ਹੈ ਕਿ ਪਹਿਲਾਂ ਇਹ ਸੈਂਟਰ ਨੂੰ ਦੇਖਿਆ ਜਾਵੇ ਕਿ ਇੱਦਾਂ ਕੀ ਹੋ ਰਿਹਾ, ਮੇਰੇ ਨਾਲ ਨਹੀਂ ਹੋ ਰਿਹਾ, ਬਹੁਤ ਲੋਕਾਂ ਨਾਲ ਹੋ ਰਿਹਾ। ਮੈਂ ਹੋਰ ਵੀ ਲੋਕਾਂ ਨਾਲ ਕੰਟੈਕਟ ਕੀਤਾ ਵਾ, ਉਹਨਾਂ ਦਾ ਵੀ ਕਿਹਾ ਕਿ ਮੇਰਾ ਸਾਥ ਦਿਉ ਜਿਹਨਾਂ ਨਾਲ ਹੋ ਚੁੱਕਿਆ ਇਹ ਸਕੈਮ ਹੋ ਚੁੱਕਿਆ। ਉਸ ਤੋਂ ਬਾਅਦ ਸਿਵਲ ਸਰਜਨ ਦੇਖਣ, ਉਹ ਕਹਿੰਦੇ ਸੀ ਤੁਹਾਨੂੰ, ਉਹਨਾਂ ਨੇ ਆਸ਼ਵਾਸਨ ਦਿੱਤਾ ਮੈਨੂੰ ਕਿ ਤੁਹਾਡਾ ਇਨਸਾਫ ਹੋਏਗਾ, ਦੇਖਦੇ ਹੋ ਕੀ ਕਹਿੰਦੇ ਨੇ, ਜੇ ਨਹੀਂ ਹੋਏ ਇਨਸਾਫ ਫਿਰ ਮੈਂ ਹੋਰ ਰਸਤੇ ਲੱਭਾਂਗਾ, ਬਟ ਮੈਂ ਛੱਡਾਂਗਾ ਨਹੀਂ ਇੱਦਾਂ, ਕਿਉਂਕਿ ਮੇਰੇ ਨਾਲ ਜੋ ਹੋਇਆ ਮੈਂ ਇਹ ਨਹੀਂ ਚਾਹੁੰਦਾ ਕਿਸੇ ਹੋਰ ਨਾਲ ਵੀ ਇੱਦਾਂ ਹੋਵੇ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਤੁਹਾਡੇ ਹੋਰ ਵੀ ਤੁਹਾਨੂੰ ਬਹੁਤ ਸਾਰੇ ਲੋਕ ਮਿਲੇ ਜੋ ਕਹਿ ਰਹੇ ਨੇ ਕਿ ਇਹਨਾਂ ਨੇ ਇਹ ਚੀਜ਼ ਕੀਤੀ ਆ ਉਹਨਾਂ ਦੇ ਨਾਲ ਵੀ, ਸੋ ਉਹਨਾਂ ਦਾ ਕੀ ਕਹਿਣਾ? ਉਹ ਵੀ ਕਹਿਣਗੇ, ਉਹ ਵੀ ਆਉਣਗੇ ਅੱਗੇ, ਕਿਉਂਕਿ ਉਹਨਾਂ ਕਿਸੇ ਦਾ 7 ਮਹੀਨੇ 'ਚ ਬੱਚਾ ਖਰਾਬ ਆ, ਕਿਸੇ ਦਾ 8 ਮਹੀਨੇ 'ਚ, ਕੁਛ ਲੋਕ ਤਾਂ ਨਹੀਂ ਆ ਰਹੇ ਕਿਉਂਕਿ ਉਹਨਾਂ ਦੇ ਐਗਸ, ਉਹਨਾਂ ਦੇ ਜੋ ਬੱਚੇ ਐਮਬਰੋਸ ਨੇ ਉਹਨਾਂ ਦੇ ਸੇਵ ਨੇ, ਉਹ ਤਾਂ ਨਹੀਂ ਆ ਰਹੇ, ਬਟ ਜੋ ਜੋ ਲੋਕ ਆਉਂਦੇ ਮੈਂ ਉਹਨਾਂ ਨਾਲ ਜ਼ਰੂਰ ਕੰਟੈਕਟ ਕਰਾਂਗਾ, ਬਾਕੀ ਇਹਨਾਂ ਵੀ ਇੱਕ ਫੇਸਬੁੱਕ ਟਵਿੱਟਰ ਸਭ 'ਤੇ ਸ਼ੇਅਰ ਕਰਾਂਗਾ, ਮੈਂ ਸਭ 'ਤੇ ਪੋਸਟ ਪਾਈ ਆ, ਅਤੇ ਜਿਹੜੇ ਜਿਹੜੇ ਲੋਕ ਮੇਰੇ ਨਾਲ ਜੁੜਨਗੇ ਮੈਂ ਉਹਨਾਂ ਨੂੰ ਮੀਡੀਆ ਸਾਹਮਣੇ ਜ਼ਰੂਰ ਲੈ ਕੇ ਆਵਾਂ। ਸੋ ਤੁਸੀਂ ਕਿੰਨੇ ਟਾਈਮ ਦਾ ਇਹਨਾਂ ਨੇ ਤੁਹਾਨੂੰ ਗੈਪ ਲੈਣ ਲੁੱਕ ਕਿਹਾ ਹੁਣ ਕਿ ਤੁਸੀਂ ਹੁਣ ਨੈਕਸਟ? ਵੈਸੇ ਇਹਨਾਂ ਨਾਲ ਤਾਂ ਮੇਰੀ ਕੋਈ ਗੱਲ ਹੋਈ ਨਹੀਂ, ਕਿਉਂਕਿ ਇਹਨਾਂ ਨੇ ਮੈਨੂੰ ਐਜ਼ ਅ ਕਸਟਮਰ ਐਜ਼ ਅ ਪੇਸ਼ੈਂਟ ਕੰਸੀਡਰ ਕੀਤਾ ਨਹੀਂ। ਵੈਸੇ ਮੇਰੇ 2 ਐਂਬੂਲੈਂਸ ਪਏ ਨੇ, 6 ਮਹੀਨੇ ਦਾ ਰੈਂਡਮ ਟਾਈਮ ਹੁੰਦਾ, ਬੰਦਾ 1 ਸਾਲ ਬਾਅਦ ਮੈਂ ਚਾਹਵਾਂ ਟਰਾਂਸਫਰ, ਇਹਨਾਂ ਤੋਂ ਵੀ ਕਰਾ ਸਕਦਾ ਜਾਂ ਇਹਨਾਂ ਤੋਂ ਅੱਗੇ ਲੈ ਆਪਣੇ ਐਂਬੂਲੈਂਸ ਲੈ ਕੇ ਕਿਸੇ ਹੋਰ IVF ਸੈਂਟਰ ਤੋਂ ਟਰਾਂਸਫਰ ਕਰਾ ਸਕਦੇ। ਇਹਨਾਂ ਦੀ ਕੰਪਲੇਂਟ ਕਰੋਗੇ, ਤੁਹਾਨੂੰ ਲੱਗਦਾ ਹੈ ਤੁਹਾਡੇ ਐਂਬੂਲੈਂਸ ਵਾਪਸ ਕਰਨਗੇ? ਕਿਉਂ ਨਹੀਂ ਕਰਨਗੇ, ਮੇਰੇ ਉਹਦੇ ਪੈਸੇ ਦਿੱਤੇ ਹੋਏ ਨੇ, ਮੇਰੇ ਕੋਲ ਕਾਨੂੰਨੀ ਆ, ਉਹ ਕਿਹੜਾ ਕੋਈ ਇੱਦਾਂ ਵਾ ਕਿ ਮੈਂ ਪੂਰੀ, ਮੇਰੇ ਕੋਲ ਫਾਈਲ ਆ ਉਹਦੀ, ਉਸ ਫਾਈਲ ਦਾ ਮੇਰੇ ਕੋਲ ਪੂਰਾ ਡਾਟਾ ਵਾ ਕਿ ਮੇਰੇ 2 ਐਂਬੂਲੈਂਸ ਨੇ ਇਹਨਾਂ ਕੋਲ ਸੇਫ ਨੇ। ਹਾਂ ਉਹ ਨਹੀਂ ਦੇਣਗੇ ਨਹੀਂ ਉਹ ਜਾਂ ਕੁਛ ਪਰੇਸ਼ਾਨ ਕਰਨਗੇ, ਉਹਦੇ ਲਈ ਕਾਨੂੰਨ ਹੈਗਾ, ਕਾਨੂੰਨ ਆਪਣੇ ਆਪ ਕਰੇਗਾ। ਪਹਿਲਾਂ ਤਾਂ ਤੁਹਾਡੀਆਂ ਅੱਖਾਂ ਨਮ ਜਿਹੜੀਆਂ ਹੋ ਰਹੀਆਂ, ਤੁਸੀਂ ਪਲੀਜ਼ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ, ਤੁਹਾਡੀ ਕਾਨੂੰਨ ਜ਼ਰੂਰ ਸੁਣੇਗਾ ਕਿਉਂਕਿ ਰੱਬ ਦੇ ਘਰ ਦੇ ਰਹਿਣ ਦੇਰ ਨਹੀਂ ਹੈ। ਸੋ ਹੋਪਫੁਲ ਇਹ ਹੈ ਕਿ ਤੁਸੀਂ ਜਿਹੜੀ ਕੰਪਲੇਂਟ ਕੀਤੀ ਹੈ ਸਾਨੂੰ ਉਹ ਵੀ ਜ਼ਰੂਰ ਦਿਖਾਓ ਜਿਹੜੀ ਤੁਸੀਂ ਕਹਿ ਰਹੇ ਹੋ ਤੁਸੀਂ ਸਿਵਲ ਸਰਜਨ ਨੂੰ ਕੀਤੀ ਹੈ। ਇਹ ਸਿਵਲ ਸਰਜਨ ਨੂੰ ਕੰਪਲੇਂਟ, ਇਹ 6-5 ਦੀ ਕੰਪਲੀਟ ਹੈ ਅਤੇ ਕੱਲ੍ਹ ਮੈਂ ਮਿਲਿਆ ਵੀ ਸੀ ਉਹਨਾਂ ਨੂੰ। ਸੋ ਮੈਮ ਹੁਣ ਤੁਹਾਡੀ ਕੀ ਮੰਗ ਹੈ, ਤੁਸੀਂ ਕੀ ਚਾਹੁੰਦੇ ਹੋ? ਮੇਰੇ ਕੋਲ ਇਨਸਾਫ ਮਿਲਣਾ ਚਾਹੀਏ ਮੈਮ, ਮੇਰੇ ਸਾਥ ਜੋ ਕੁਛ ਹੋਇਆ ਹੈ ਔਰ ਕਿਸੀ ਕੇ ਸਾਥ ਨਾ ਹੋਏ, ਲੇਕਿਨ ਮੇਰਾ ਇਨਸਾਫ ਮਿਲਣਾ ਚਾਹੀਏ। ਸੋ ਉਮੀਦ ਹੈ ਆਪਕੋ ਕਿ ਇਨਸਾਫ ਅਬ ਆਪਕੋ ਮਿਲੇਗਾ ਕਿਉਂਕਿ ਆਪਕੇ ਹਸਬੈਂਡ ਆਪਕੋ ਪੂਰਾ ਸਪੋਰਟ ਕਰ ਰਹੇ ਹੈ ਇਸ ਟਾਈਮ। ਹਾਂਜੀ ਮੈਮ ਮਿਲੇਗਾ, ਉਮੀਦ ਹੈ। ਹਾਂ ਤਾਂ ਆਪ ਪਰੇਸ਼ਾਨ ਤਾਂ ਨਹੀਂ ਹੋ ਗਏ ਆਪ, ਮੇਰੇ ਕੋਲ ਪਹਿਲੇ ਇਹ ਬਤਾਓ? ਨਹੀਂ ਪਹਿਲੇ ਤਾਂ ਪਰੇਸ਼ਾਨ ਹੋਤੀ ਥੀ, ਅਬ ਤੋ ਥੋੜ੍ਹਾ ਨਹੀਂ ਹੋਤਾ ਹੈ। ਸਿਵਲ ਸਰਜਨ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜਿੱਦਾਂ ਤੁਸੀਂ ਜਾਣਦੇ ਉਹਨਾਂ ਨੇ ਦੋਸ਼ ਲਗਾਏ ਨੇ ਕਰਨ ਐਂਡ ਮਨਦੀਪ ਨੇ ਕਿ ਉਹਨਾਂ ਦੇ ਨਾਲ ਜੋ ਗਲਤ ਹੋਇਆ ਉਸ ਦੇ ਰਿਗਾਰਡਿੰਗ ਉਹਨਾਂ ਨੇ ਕੰਪਲੇਂਟ ਵੀ ਕੀਤੀ ਹੈ। ਸੋ ਆਓ ਗੱਲ ਕਰ ਲੈਂਦੇ ਹਾਂ ਸਰ ਨਾਲ। ਸਤਿ ਸ਼੍ਰੀ ਅਕਾਲ ਸਰ, ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਉਹਨਾਂ ਨੇ ਦੋਸ਼ ਲਗਾਏ ਨੇ ਡਾਕਟਰ ਦੇ ਉੱਪਰ ਵੀ ਅਤੇ IVF ਸੈਂਟਰ ਦੇ ਉੱਪਰ ਵੀ। ਕਿੰਨਾ ਨੇ ਜੀ? ਜੀ ਮਨਦੀਪ ਐਂਡ ਕਰਨ ਨੇ, ਪੇਸ਼ੈਂਟ ਨੇ ਜੀ। ਹਾਂ ਸਾਡੇ ਕੋਲ ਸ਼ਿਕਾਇਤ ਆਈ ਹੈ, ਅਸੀਂ ਉਹਦੀ ਇੱਕ ਇਨਕੁਆਇਰੀ ਕਮੇਟੀ ਬਣਾਈ ਹੈ। ਇਨਕੁਆਇਰੀ ਕਮੇਟੀ ਹੈ ਜਿਹੜੀ ਉਹ ਪੜਤਾਲੀਆ ਕਮੇਟੀ, ਉਹ ਦੋਨਾਂ ਤਰ੍ਹਾਂ ਦਾ ਪੱਖ ਸੁਣ ਕੇ ਆਪਣੀ ਰਿਪੋਰਟ ਦੇਗੀ। ਸੋ ਕਰਨ ਐਂਡ ਮਨਦੀਪ ਨੇ ਤਾਂ ਕੇਸ ਦੀ ਕੰਪਲੇਂਟ ਫਾਈਲ ਕਰ ਦਿੱਤੀ ਹੈ। ਸੋ ਅੱਜ ਅਸੀਂ ਆਏ ਸੀ ਸਿਵਲ ਸਰਜਨ ਨਾਲ ਗੱਲਬਾਤ ਕਰਨ, ਤੇ ਗੱਲਬਾਤ ਕਰ ਲਈ ਹੈ ਤੇ ਉਹਨਾਂ ਦਾ ਕਹਿਣਾ ਕਿ ਹੁਣ ਦੋਨਾਂ ਧਿਰਾਂ ਦੇ ਪਹਿਲਾਂ ਪੱਖ ਸੁਣਨਗੇ, ਉਸ ਤੋਂ ਬਾਅਦ ਜੋ ਵੀ ਫੈਸਲਾ ਹੁੰਦਾ ਹੋਇਆ ਉਹ ਜ਼ਰੂਰ ਕਰਨਗੇ। ਉਹਨਾਂ ਨੇ 3 ਮੈਂਬਰਸ ਦੀ ਕਮੇਟੀ ਬਣਾਈ ਹੈ ਜਿਸ ਦੇ ਰਿਗਾਰਡਿੰਗ ਹੁਣ ਫੈਸਲਾ ਵੀ ਜਲਦੀ ਲਿਆ ਜਾਏਗਾ। ਸੋ ਇਨਸਾਫ ਜ਼ਰੂਰ ਦਵਾਇਆ ਜਾਏਗਾ, ਜੇਕਰ IVF ਸੈਂਟਰ ਦੀ ਗਲਤੀ ਹੈ ਤਾਂ ਉਹਨਾਂ ਖਿਲਾਫ਼ ਵੀ ਐਕਸ਼ਨ ਜ਼ਰੂਰ ਲਿਆ ਜਾਏਗਾ। ਸੋ ਇੱਦਾਂ ਹੀ ਸਾਡੇ ਨਾਲ ਹੋਰ ਅਪਡੇਟਸ ਤੁਸੀਂ ਜੁੜ ਸਕਦੇ ਹੋ ਅਤੇ ਜੁੜੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਦਮਨਜੋਤ, ਕੈਮਰਾਮੈਨ ਵਿਪਨ ਬੱਸੀ ਦੇ ਨਾਲ।